ਕਾਂਗਰਸ ਪਾਰਟੀ ਨੇ 13 ਚੋਂ ਆਪਦੇ 10 ਕੈਂਡੀਡੇਟ ਜਿਤਾ ਲਏ ਰਿੰਕੂ ਜੀ, 13 ਚੋਂ 10 ਕੈਂਡੀਡੇਟ, ਔਰ ਇਹ ਕੈਂਡੀਡੇਟ ਵੀ ਅਸੀਂ ਜਿਤਾਵਾਂਗੇ। ਇੱਥੇ ਸਵਾਲ ਖੜੇ ਹੋ ਰਿਹਾ ਕਿ ਜਦੋਂ 17 ਚ ਕਾਂਗਰਸ ਪਾਰਟੀ ਕੁਝ ਨਹੀਂ ਕਰ ਪਾਈ ਤਾਂ ਹੁਣ ਅਜਿਹਾ ਕੀ ਕਰੇਗੀ? ਉੱਥੇ ਕੀ ਜਿਹੜਾ ਨਸ਼ਾ ਵਿਕ ਰਿਹਾ ਉਸ ਤੇ ਰੋਕਥਾਮ ਲੱਗੇਗੀ? ਹਾਲ ਇਹਨਾਂ ਨੇ ਖਰਾਬ ਕੀਤਾ ਹੈ, ਇਕੱਲੇ ਜਲੰਧਰ ਵੈਸ਼ ਤਾਂ ਕੀਤਾ ਹੀ ਕੀਤਾ ਹੈ, ਪਰ ਸਾਰੇ ਪੰਜਾਬ ਦਾ ਇਹ ਹਾਲ ਹੈ। 14 ਦਿਨਾਂ 'ਚ 14 ਡਰੱਗ ਓਵਰਡੋਜ਼ ਦੀਆਂ ਡੈਥ ਦੀਆਂ ਕੇਸਿਸ ਆਏ ਨੇ। ਮੁੱਖ ਮੰਤਰੀ ਭਗਵੰਤ ਮਾਨ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਿਹਾ ਅਤੇ ਲੋਕ ਉੱਥੇ ਜਿਹੜਾ ਅਸੀਂ ਦੇਖਿਆ ਕਿ ਬਹੁਤ ਸਾਰੇ ਦੁਖੀ ਵੀ ਮਹਿਸੂਸ ਕਰ ਰਿਹਾ ਕਿ ਰੋਡ 'ਤੇ ਗੱਡੀਆਂ ਹੀ ਗੱਡੀਆਂ ਘੁੰਮ ਰਹੀਆਂ ਨੇ ਚਾਰੇ ਪਾਸੇ। ਆਪਣੀ ਕੁਰਸੀ ਦਾ ਡਰ ਹੈ? ਜੇ ਤਾਂ ਤੁਸੀਂ ਜਿੱਤਦੇ ਹੋ ਤਾਂ ਠੀਕ ਹੈ, ਪਰ ਜੇ ਤੁਸੀਂ ਸੀਟ ਹਾਰ ਗਏ ਤਾਂ ਤੁਹਾਨੂੰ ਆਪਦੀ ਕੁਰਸੀ ਵੀ ਖਾਲੀ ਕਰਨੀ ਪੈਣੀ ਹੈ। ਮਿਆਰ ਜਿਹੜੀ ਰਾਜਨੀਤੀ ਦਾ ਥੱਲੇ ਡਿੱਗ ਗਿਆ, ਔਰ ਲੋਕ ਵੀ ਦੁਖੀ ਨੇ ਕਿ ਬਾਰ ਬਾਰ ਇਲੈਕਸ਼ਨ ਆ ਰਹੀ ਹੈ। ਇੱਕ ਵਾਰ ਉਹਨਾਂ ਨੇ ਫਤਵਾ ਦੇ ਤਾ, ਉਹ 5 ਸਾਲ ਲਈ ਫਤਵਾ ਹੁੰਦਾ, ਤੁਸੀਂ ਬਾਰ ਬਾਰ ਉਸ ਫਤਵੇ ਦਾ ਮਜ਼ਾਕ ਉਡਾ ਰਹੇ ਹੋ। ਕਾਂਗਰਸ ਪਾਰਟੀ ਦੇ ਵੱਡੇ ਇਲਜ਼ਾਮ ਲੱਗ ਰਿਹਾ ਹੈ ਕਿ ਕਾਂਗਰਸ ਪਾਰਟੀ ਵਿਰੋਧੀ ਧਿਰ ਦਾ ਰੋਲ ਨਹੀਂ ਅਦਾ ਕਰ ਰਹੀ, ਮੁੱਦੇ ਆ ਜਿਹੜੇ ਉਹ ਨਹੀਂ ਚੁੱਕ ਰਹੀ। ਕਿੱਥੇ ਨਹੀਂ ਚੱਕੀ ਆਵਾਜ਼? ਮੈਂ ਪਟਿਆਲੇ ਤੋਂ ਆਉਂਦਾ, ਪਿਛਲੀ ਵਾਰ ਹੜ੍ਹਾਂ ਦਾ ਜਿਹੜਾ ਨੁਕਸਾਨ, ਹੜ੍ਹਾਂ ਕਰਕੇ ਨੁਕਸਾਨ ਹੋਇਆ ਸੀ, ਉਹ ਪਟਿਆਲੇ ਬਹੁਤ ਜ਼ਿਆਦਾ ਹੋਇਆ ਸੀ। ਅਸੀਂ ਡਾਕਟਰ ਗਾਂਧੀ ਜੀ ਦੀ ਅਗਵਾਈ, ਸਾਡੇ MP ਸਾਹਿਬ, ਅਸੀਂ ਪ੍ਰੈਸ ਕਾਨਫਰੰਸ ਕਰਕੇ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਵੀ ਲਾਮਬੰਦ ਕੀਤਾ। ਇੱਦਾਂ ਹੀ ਹੋਰ ਥਾਵਾਂ 'ਤੇ ਗੁਰਦਾਸਪੁਰ ਰੰਧਾਵਾ ਸਾਹਿਬ ਨੇ ਕੀਤਾ। ਜਲੰਧਰ ਵੈਸਟ ਦਾ ਮਹੱਲਾ ਜਿਹੜਾ ਲਾਹੌਰੀਆ ਮਹੱਲਾ, ਉੱਥੇ ਅਸੀਂ ਜਾ ਕੇ ਆਏ ਹਾਂ, ਉੱਥੇ ਇਹ ਤਰਾਸਦੀ ਆ ਕਿ ਉੱਥੇ ਜਿਹੜੇ ਬੱਚੇ ਨੇ, ਨੌਜਵਾਨ ਨੇ, ਉਹਨਾਂ ਨੂੰ 100 ਤੱਕ ਗਿਣਤੀ ਤੱਕ ਨਹੀਂ ਆਉਂਦੀ। ਇਹ ਹਾਲਾਤ ਨੇ ਅੱਜ ਦੀ ਸਥਿਤੀ। ਤਾਂ ਹੁਣ ਕਾਂਗਰਸ ਪਾਰਟੀ ਦਾ ਜਿਹੜਾ ਲੋਕਾਂ ਦੀ ਆਵਾਜ਼ ਆਈ ਆ, ਕਿੰਨੀ ਕੁ ਆਵਾਜ਼ ਆਈ ਆ, ਕਿੰਨਾ ਕੁ ਲੱਗਦਾ ਹੈ ਕਿ ਵੀ ਕਿੰਨੇ ਕੁ ਫਰਕ ਨਾਲ ਜਿੱਤ ਸਕਦੇ? ਅਸੀਂ ਜਿੱਤਾਂਗੇ। ਜਲੰਧਰ ਵੈਸਟ ਦੀ ਜਿਮਨੀ ਚੋਣ ਚੱਲ ਰਹੀ ਹੈ, ਸਾਰੀਆਂ ਪਾਰਟੀਆਂ ਜਿਹੜੀਆਂ ਚੋਣ ਪ੍ਰਚਾਰ 'ਚ ਰੁੱਝੀਆਂ ਹੋਈਆਂ ਨੇ, ਤਾਂ ਕਾਂਗਰਸ ਪਾਰਟੀ ਚੋਣ ਪ੍ਰਚਾਰ 'ਚ ਜਿਹੜਾ ਵੱਧ ਚੜ੍ਹ ਕੇ ਇੱਕ ਦੂਜੇ ਤੋਂ ਅੱਗੇ ਜਾ ਕੇ ਚੋਣ ਪ੍ਰਚਾਰ ਕਰਦੀ ਹੋਈ ਨਜ਼ਰ ਆ ਰਹੀ ਹੈ, ਤਾਂ ਇਸ ਦੇ ਸੰਬੰਧੀ ਲੀਡਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ਸਾਡੇ ਨਾਲ, ਮੋਹਿਤ ਮਹਿੰਦਰਾ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿੱਦਾਂ ਦਾ ਪ੍ਰਚਾਰ ਹੈ ਜਿਹੜਾ ਚੱਲ ਰਿਹਾ ਅਤੇ ਕਿੱਦਾਂ ਦਾ ਜਿਹੜਾ ਲੋਕਾਂ ਦਾ ਹੁੰਗਾਰਾ ਮਿਲ ਰਿਹਾ। ਮੋਹਿਤ ਮਹਿੰਦਰਾ ਜੀ, ਜਲੰਧਰ ਵੈਸਟ ਦੀ ਚੋਣ ਜਿਹੜੀ ਹੈ ਚੱਲ ਰਹੀ ਹੈ, ਜਿੱਥੇ ਕਿ ਵੱਖ ਵੱਖ ਪਾਰਟੀਆਂ ਨੇ ਜਿਹੜਾ ਪੂਰਾ ਜ਼ੋਰ ਲਾਇਆ ਹੋਇਆ, ਤਾਂ ਕਾਂਗਰਸ ਪਾਰਟੀ ਵੱਲੋਂ ਕਿੱਦਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਅਤੇ ਕਾਂਗਰਸ ਪਾਰਟੀ ਨੂੰ ਕਿੱਦਾਂ ਦਾ ਜਿਹੜਾ ਰੁਝਾਨ ਆ ਜਾਂ ਲੋਕਾਂ ਦਾ ਹੁੰਗਾਰਾ ਮਿਲ ਰਿਹਾ? ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ, ਔਰ ਕਾਂਗਰਸ ਪਾਰਟੀ ਔਰ ਜਿਹੜਾ ਕੋਂਬੀਨੇਸ਼ਨ ਹੈ ਸਾਡੇ ਕੈਂਡੀਡੇਟ ਦਾ ਵੀ, ਇੱਕ ਮਹਿਲਾ ਕੈਂਡੀਡੇਟ ਹੋਣ ਦੇ ਨਾਲ ਨਾਲ ਇਸ ਏਰੀਏ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਇੱਕ ਮਹਿਲਾ ਕੈਂਡੀਡੇਟ ਆਏ ਨੇ ਅੱਗੇ, ਔਰ ਜਿੱਦਾਂ ਦਾ ਇੱਕ ਮਜ਼ਾਕ ਦਾ ਮਾਹੌਲ, ਜਿੱਦਾਂ ਦਾ ਨੋਨ ਸੀਰੀਅਸਨੈਸ ਔਰ ਜਿੱਦਾਂ ਦੀ ਹੋਛੀ ਰਾਜਨੀਤੀ ਮੌਜੂਦਾ ਸਰਕਾਰ ਨੇ ਬਣਾਤੀ ਹੈ, ਲੋਕ ਸਥਿਰਤਾ ਚਾਹੁੰਦੇ ਨੇ, ਲੋਕ ਸਟੇਬਿਲਿਟੀ ਚਾਹੁੰਦੇ ਨੇ। ਇਸ ਲਈ ਮੈਂ ਸਮਝ ਰਿਹਾ ਜਿਹੜਾ ਕਾਂਗਰਸ ਪਾਰਟੀ ਦਾ ਔਰ ਕੈਂਡੀਡੇਟ ਦਾ ਸਾਡੇ ਦਾ ਜਿਹੜਾ ਕੋਂਬੀਨੇਸ਼ਨ ਹੈ ਉਹ ਸਾਨੂੰ ਜਿਤਾਊਗਾ, ਔਰ ਲੋਕ ਇਹ ਵੀ ਦੇਖ ਰਹੇ ਨੇ ਕਿ CM ਸਾਹਿਬ, CM 'ਚ CM ਦੋ ਸ਼ਬਦ ਨੇ, ਜਦੋਂ C ਉਹਦੇ ਅੱਗੇ ਲਾ ਦਿਓ ਤਾਂ MC ਬਣ ਜਾਂਦਾ। ਜਿਹੜਾ CM ਸਾਹਿਬ ਇੱਕ MC ਲੈਵਲ 'ਤੇ ਉੱਤਰ ਆਏ ਨੇ, ਨਹੀਂ ਤਾਂ ਯੂਜਲੀ ਇੱਕ ਦਿਨ ਲਾਉਂਦਾ CM ਮੁੱਖ ਮੰਤਰੀ, ਬਾਕੀ ਗਵਰਨੈਂਸ ਕਰਦਾ ਪੰਜਾਬ 'ਚ। ਜਿਹੜਾ ਉਹਨਾਂ ਨੂੰ ਮਹੀਨਾ ਰਹਿਣਾ ਪੈ ਗਿਆ, ਇਹ ਤੋਂ ਗਰਾਊਂਡ ਰਿਐਲਿਟੀ ਤੋਂ ਆਪਾਂ ਨੂੰ ਪਤਾ ਹੋਣਾ ਚਾਹੀਦਾ। ਕੀ ਡਰ ਪੈਦਾ ਹੋ ਗਿਆ ਕਿ ਇੱਥੇ ਦੇਖਿਆ ਜਾ ਰਿਹਾ ਪੰਜਾਬ ਸਰਕਾਰ ਦੇ ਮੰਤਰੀ, ਮੁੱਖ ਮੰਤਰੀ ਭਗਵੰਤ ਮਾਨ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਿਹਾ ਅਤੇ ਲੋਕ ਉੱਥੇ ਜਿਹੜਾ ਅਸੀਂ ਦੇਖਿਆ ਕਿ ਬਹੁਤ ਸਾਰੇ ਦੁਖੀ ਵੀ ਮਹਿਸੂਸ ਕਰ ਰਿਹਾ ਕਿ ਰੋਡ 'ਤੇ ਗੱਡੀਆਂ ਹੀ ਗੱਡੀਆਂ ਘੁੰਮ ਰਹੀਆਂ ਨੇ ਚਾਰੇ ਪਾਸੇ। ਆਪਣੀ ਕੁਰਸੀ ਦਾ ਡਰ ਹੈ, ਆਪਣੀ CM ਸ਼ਿਪ ਦਾ ਡਰ ਹੈ,
ਤਾਂ ਇਹ ਤਾਂ ਇੱਦਾਂ ਮੈਨੂੰ ਇੱਦਾਂ ਲੱਗ ਰਿਹਾ ਕਿ ਵੀ ਇਹਨਾਂ ਨੂੰ ਕਿਹਾ ਵੀ ਜੇ ਤਾਂ ਤੁਸੀਂ ਜਿੱਤਦੇ ਹੋ ਤਾਂ ਠੀਕ ਹੈ, ਪਰ ਜੇ ਤੁਸੀਂ ਸੀਟ ਹਾਰ ਗਏ ਤਾਂ ਤੁਹਾਨੂੰ ਆਪਦੀ ਕੁਰਸੀ ਵੀ ਖਾਲੀ ਕਰਨੀ ਪੈਣੀ ਹੈ। ਇਹ ਮੈਨੂੰ ਲੱਗਦਾ ਦਿੱਲੀ ਵਾਲਿਆਂ ਨੇ ਕਿਤੇ ਨਾ ਕਿਤੇ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਲੱਗਦਾ। ਨਹੀਂ ਪਰ ਇੱਥੇ ਦਾ ਬਾਗਡੋਰ ਆ ਜਿਹੜੀ ਉਹ ਸੰਦੀਪ ਪਾਠਕ ਨੇ ਸੰਭਾਲੀ ਹੋਈ ਆ ਕਿ ਸੰਦੀਪ ਪਾਠਕ ਦੀ ਅਗਵਾਈ 'ਚ ਜਿਹੜਾ ਪ੍ਰਚਾਰ ਚੱਲ ਰਿਹਾ। ਦੇਖੋ ਸਾਡੀ ਸਟੇਟ ਦਾ ਜਿਹੜਾ ਮੇਨ ਬੰਦਾ ਹੁੰਦਾ ਤਾਂ ਸੀ ਐੱਮ ਹੁੰਦਾ, ਇਹ ਤਾਂ ਦਿੱਲੀ ਵਾਲੇ ਲੋਕ ਨੇ, ਪਰ ਇਹੀ ਤਾਂ ਕਸ਼ਮਕਸ਼ ਅਤੇ ਇਹੀ ਤਾਂ ਲੜਾਈ ਇਹਨਾਂ 'ਚ ਇੰਟਰਨਲ ਜਿਹੜੀ ਲੜਾਈ ਚੱਲ ਰਹੀ ਹੈ, ਵਨ ਅਪਮੈਨਸ਼ਿਪ ਜਿਹਨੂੰ ਇੰਗਲਿਸ਼ ਵਿੱਚ ਕਹਿੰਦੇ ਨੇ, ਵਨ ਅਪਮੈਨਸ਼ਿਪ ਦੀ ਲੜਾਈ ਹੈ, ਕੌਣ ਦੂਆ ਕਿਹੜਾ ਕਿਹਦੇ ਤੋਂ ਉੱਤੇ ਹੈ, ਇਹਦੀ ਆਮ ਆਦਮੀ ਪਾਰਟੀ 'ਚ ਇਹ ਲੜਾਈ ਚੱਲ ਰਹੀ ਹੈ। ਗਵਰਨੈਂਸ ਵੱਲ ਕਿਸੇ ਦਾ ਧਿਆਨ ਨਹੀਂ, ਕਿਉਂ ਖਾਲੀ ਹੋਣ, ਕਿਉਂ ਇੰਨੀਆਂ ਚੋਣਾਂ ਆਉਣ, ਕਿਉਂ ਮਤਲਬ ਲੋਕਾਂ ਦੇ ਮੈਂਡੇਟ ਦਾ ਮਜ਼ਾਕ ਉਡਾਇਆ ਜਾਵੇ, ਇਹ ਤਾਂ ਹੀ ਮੈਂ ਕਹਿ ਰਿਹਾ ਇੱਕ ਕੋਝਾ ਮਜ਼ਾਕ, ਇੱਕ ਨੋਨ ਸੀਰੀਅਸਨੈਸ, ਮਿਆਰ ਜਿਹੜੀ ਰਾਜਨੀਤੀ ਦਾ ਥੱਲੇ ਡਿੱਗ ਗਿਆ। ਔਰ ਲੋਕ ਵੀ ਦੁਖੀ ਨੇ ਕਿ ਬਾਰ ਬਾਰ ਇਲੈਕਸ਼ਨ ਆ ਰਹੀ ਹੈ, ਇੱਕ ਵਾਰ ਉਹਨਾਂ ਨੇ ਫਤਵਾ ਦੇ ਤਾ, ਉਹ 5 ਸਾਲ ਲਈ ਫਤਵਾ ਹੁੰਦਾ, ਤੁਸੀਂ ਬਾਰ ਬਾਰ ਉਸ ਫਤਵੇ ਦਾ ਮਜ਼ਾਕ ਉਡਾ ਰਹੇ ਹੋ, ਬਾਰ ਬਾਰ ਇੱਦਾਂ ਦੀਆਂ ਗੱਲਾਂ, ਦੂਸ਼ਣਬਾਜ਼ੀ, ਦੂਸ਼ਿਤ ਕਰਤਾ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਪੋਲੀਟਿਕਸ ਨੂੰ ਦੂਸ਼ਿਤ ਕਰਤਾ। ਰਿੰਕੂ ਸੁਸ਼ੀਲ ਰਿੰਕੂ ਦਾ ਬਿਆਨ ਹੈ ਕਿ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੂੰ ਤਾਂ ਜਿਹੜੇ ਕਾਂਗਰਸ ਪਾਰਟੀ ਹੀ ਹਰਾਉਣ 'ਤੇ ਲੱਗੀ ਹੋਈ ਹੈ। ਕਾਂਗਰਸ ਪਾਰਟੀ ਦੇ ਲੀਡਰ ਕਹਿੰਦੇ ਆ ਆਪਣੇ ਆਪਣੇ ਘੋੜੇ ਭਜਾ ਰਹੇ ਆ, ਨਾ ਕਿ ਕਿਸੇ ਤਰ੍ਹਾਂ ਦਾ ਪ੍ਰਚਾਰ ਹੈ ਜਿਹੜਾ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਲਈ ਕੀਤਾ ਜਾ ਰਿਹਾ। ਕਿੰਨੀ ਕੁ ਸੱਚਾਈ ਹੈ? ਕਾਂਗਰਸ ਪਾਰਟੀ ਨੇ 13 'ਚੋਂ ਆਪਦੇ 10 ਕੈਂਡੀਡੇਟ ਜਿਤਾ ਲਏ ਰਿੰਕੂ ਜੀ, 13 'ਚੋਂ 10 ਕੈਂਡੀਡੇਟ, ਔਰ ਇਹ ਕੈਂਡੀਡੇਟ ਵੀ ਅਸੀਂ ਜਿਤਾਵਾਂਗੇ। ਕਾਂਗਰਸ ਪਾਰਟੀ ਦੇ ਕੈਂਡੀਡੇਟ ਇੱਕ ਸਾਫ਼ ਸੁਥਰੀ ਛਵੀ, ਇੱਕ ਮਹਿਲਾ ਜਿਹੜੀ ਫਰੋਮ ਗਰਾਊਂਡ ਅਪ, ਥੱਲੋਂ ਗਰਾਊਂਡ ਲੈਵਲ 'ਤੇ ਮੁੱਢਲੇ ਸਤਰ ਦੀ ਰਾਜਨੀਤੀ ਕਰਦੇ ਹੋਏ 5 ਵਾਰ ਦੇ ਕਾਉਂਸਲਰ, ਸਥਿਰਤਾ ਦੀ ਮੂਰਤ, ਇਮਾਨਦਾਰੀ ਦੀ ਮੂਰਤ ਨਿਕਲ ਕੇ ਸਾਹਮਣੇ ਆ ਰਹੇ, ਲੋਕਾਂ 'ਚ ਬੜੀ ਪਾਪੂਲੈਰਿਟੀ ਹੈ, ਉਹ ਖੜ੍ਹਦੇ ਨੇ ਲੋਕਾਂ ਨਾਲ। ਸੋ ਇਹ ਕੈਂਡੀਡੇਟਸ ਦੇ ਫਰਕ 'ਚ ਵੀ ਅਸੀਂ ਜਿੱਤ ਰਹੇ ਹਾਂ, ਔਰ ਪਾਰਟੀਆਂ ਦੇ ਫਰਕ 'ਚ ਵੀ ਕਾਂਗਰਸ ਪਾਰਟੀ ਨੂੰ ਐਜ ਹੈ। ਜਲੰਧਰ ਵੈਸਟ 'ਚ 17 ਵਿੱਚ ਜਿਹੜਾ ਕਾਂਗਰਸ ਪਾਰਟੀ ਦਾ ਵਿਧਾਇਕ ਆ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਤਾਇਆ ਸੀ ਬਾਅਦ 'ਚ, ਹਾਲਾਂਕਿ ਉਹਨਾਂ ਨੇ ਪਾਰਟੀ ਛੱਡਤੀ ਆ, ਪਰ ਉੱਥੇ ਸਵਾਲ ਖੜ੍ਹੇ ਹੋ ਰਹੇ ਆ ਕਿ ਜਦੋਂ 17 'ਚ ਕਾਂਗਰਸ ਪਾਰਟੀ ਕੁਝ ਨਹੀਂ ਕਰ ਪਾਈ ਤਾਂ ਹੁਣ ਅਜਿਹਾ ਕੀ ਕਰੇਗੀ ਉੱਥੇ, ਕੀ ਜਿਹੜਾ ਨਸ਼ਾ ਵਿਕ ਰਿਹਾ ਉਸ 'ਤੇ ਰੋਕਥਾਮ ਲੱਗੇਗੀ, ਜੋ ਲੋਕਾਂ ਦੀਆਂ ਸਮੱਸਿਆਵਾਂ ਨੇ ਉਹ ਜਿਹੜੀਆਂ ਹੱਲ ਹੋਣਗੀਆਂ? ਦੇਖੋ ਹਾਲ ਇਹਨਾਂ ਨੇ ਖਰਾਬ ਕੀਤਾ ਹੈ, ਇਕੱਲੇ ਜਲੰਧਰ ਵੈਸਟ ਤਾਂ ਕੀਤਾ ਹੀ ਕੀਤਾ ਹੈ, ਪਰ ਸਾਰੇ ਪੰਜਾਬ ਦਾ ਇਹ ਹਾਲ ਹੈ। 14 ਦਿਨਾਂ 'ਚ 14 ਡਰੱਗ ਓਵਰਡੋਜ਼ ਦੀਆਂ ਡੈਥ ਦੀਆਂ ਕੇਸਿਸ ਆਏ ਨੇ, ਤੁਹਾਡੇ ਸਾਹਮਣੇ ਦੀ ਗੱਲ ਹੈ ਕਿ ਲੋਅ ਐਂਡ ਆਰਡਰ ਦਾ ਕੀ ਹਾਲ ਹੋਇਆ ਹੋਇਆ, ਆ ਦੜੇ ਸੱਟੇ ਦਾ ਕੀ ਹਾਲ ਹੈ ਇਸ ਹਲਕੇ 'ਚ, ਗੱਲਾਂ ਆਵਾਜ਼ ਲੋਕਾਂ ਤੋਂ ਆ ਰਹੀ ਹੈ, ਜਾ ਰਹੇ ਤਾਂ ਜਲੰਧਰ ਵੈਸਟ ਤੋਂ ਹੀ ਤਾਂ ਸਾਰੇ ਪੰਜਾਬ 'ਚ ਗੱਲ ਜਾ ਰਹੀ ਹੈ। ਜਲੰਧਰ ਵੈਸਟ ਦਾ ਇੱਕ ਐਗਜ਼ਾਮਪਲ ਬਣ ਗਿਆ ਕਿ ਪੰਜਾਬ ਦੀ ਰਿਐਲਿਟੀ ਕੀ ਹੈ, ਔਰ ਇਹ ਪੰਜਾਬ ਦੀ ਰਿਐਲਿਟੀ ਹੈ, ਕਿਸੇ ਦਾ ਗਵਰਨੈਂਸ ਵੱਲ ਧਿਆਨ ਨਹੀਂ, ਬਸ ਅਸੀਂ ਆਪਣੇ ਵੋਟਰਸ ਨੂੰ ਕਿਵੇਂ ਠੱਗ ਲਈਏ, ਕਿਵੇਂ ਝੂਠ ਬੋਲ ਕੇ ਇੱਕ ਵਾਰ ਲਈ ਉਹਨਾਂ ਤੋਂ ਕੰਮ ਲੈ ਲਈਏ, ਨਹੀਂ ਤਾਂ ਮਤਲਬ ਕੀ ਹੈ ਮੁੱਖ ਮੰਤਰੀ ਦਾ 1 ਮਹੀਨਾ ਲਾਉਣ ਦਾ ਇੱਕ ਬਾਈ ਇਲੈਕਸ਼ਨ, ਛੋਟੀ ਜਿਹੀ ਬਾਈ ਇਲੈਕਸ਼ਨ 'ਚ। ਕਾਂਗਰਸ ਪਾਰਟੀ ਦੇ ਵੱਡੇ ਇਲਜ਼ਾਮ ਲੱਗ ਰਹੇ ਆ ਕਿ ਕਾਂਗਰਸ ਪਾਰਟੀ ਵਿਰੋਧੀ ਧਿਰ ਦਾ ਰੋਲ ਨਹੀਂ ਅਦਾ ਕਰ ਰਹੀ, ਮੁੱਦੇ ਆ ਜਿਹੜੇ ਉਹ ਨਹੀਂ ਚੁੱਕ ਰਹੀ, ਆਖਿਰਕਾਰ ਕਿੱਥੇ ਕੁ ਕਮੀ ਮਹਿਸੂਸ ਹੋ ਰਹੀ ਆ? ਜਿਵੇਂ ਲੋਕ ਕਹਿ ਰਹੇ ਆ ਕਿ ਹੁਣ ਹੜ੍ਹ ਦਾ ਜਿਹੜਾ ਮੌਸਮ ਬਣ ਜਾਂਦਾ, ਹਾਲਾਤ ਬਣ ਜਾਂਦੇ ਆ, ਮੀਂਹ ਦਾ ਮੌਸਮ ਆ, ਅਤੇ ਜਿੱਥੇ ਸਰਕਾਰ ਨੂੰ ਕੰਮਕਾਰ ਕਰਨਾ ਚਾਹੀਦਾ ਸੀ ਉੱਥੇ ਹੀ ਵਿਰੋਧੀ ਪਾਰਟੀ ਨੂੰ ਆਵਾਜ਼ ਚੱਕਣੀ ਚਾਹੀਦੀ ਸੀ, ਪਰ ਵਿਰੋਧੀ ਪਾਰਟੀ ਵੀ ਚੋਣ 'ਚ ਬੀਜੀ ਆ, ਸਰਕਾਰ ਨੇ ਤਾਂ ਜਿਹੜੇ ਆ ਬੀਜੀ ਹੋਣਾ ਹੀ ਹੋਣਾ, ਕਿੱਥੇ ਜਿਹੜਾ ਇਹ ਕੀ ਘਾਟ ਲੱਗ ਰਿਹਾ? ਕਿੱਥੇ ਨਹੀਂ ਚੱਕੀ ਆਵਾਜ਼, ਮੈਂ ਪਟਿਆਲੇ ਤੋਂ ਆਉਂਦਾ, ਪਿਛਲੀ ਵਾਰ ਹੜ੍ਹਾਂ ਦਾ ਜਿਹੜਾ ਨੁਕਸਾਨ, ਹੜ੍ਹਾਂ ਕਰਕੇ ਨੁਕਸਾਨ ਹੋਇਆ ਸੀ ਉਹ ਪਟਿਆਲੇ ਬਹੁਤ ਜ਼ਿਆਦਾ ਹੋਇਆ ਸੀ, ਅਸੀਂ ਡਾਕਟਰ ਗਾਂਧੀ ਜੀ ਦੀ ਅਗਵਾਈ, ਸਾਡੇ MP ਸਾਹਿਬ, ਅਸੀਂ ਪ੍ਰੈਸ ਕਾਨਫਰੰਸ ਕਰਕੇ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਵੀ ਲਾਮਬੰਦ ਕੀਤਾ, ਇੱਦਾਂ ਹੀ ਹੋਰ ਥਾਵਾਂ 'ਤੇ ਗੁਰਦਾਸਪੁਰ ਰੰਧਾਵਾ ਸਾਹਿਬ ਨੇ ਕੀਤਾ, ਅਸੀਂ ਆਪੋਜੀਸ਼ਨ ਦੀ ਆਵਾਜ਼ ਚੱਕੀ ਹੈ, ਔਰ ਜਿਹੜੇ ਲੋਕ ਕਹਿ ਰਹੇ ਉਹਨਾਂ ਨੂੰ ਕਈ ਜਾਣ ਦਿਓ, ਪਰ ਲੋਕਾਂ ਨੇ ਇੱਕ ਵਾਰ ਲਈ ਇੰਟਰਸਟ ਆਪਣਾ ਦਿਖਾਤਾ,
ਇਸ ਲੋਕ ਸਭਾ ਚੋਣ ਦੇ ਵਿੱਚ ਅਸੀਂ ਕਿ ਅਸੀਂ ਕਾਂਗਰਸ ਪਾਰਟੀ 'ਚ ਇੰਟਰਸਟਿਡ ਹੈਗੇ ਹਾਂ ਔਰ ਕਾਂਗਰਸ ਪਾਰਟੀ ਨੂੰ ਤਗੜੇ ਹੋਣਾ ਪੈਣਾ, ਬਿਲਕੁਲ ਹੋਣਾ ਪੈਣਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਔਰ ਤਗੜੇ ਹੋ ਕੇ ਇਸੇ ਕਰਕੇ ਇਹ ਜਿਹੜਾ ਫਤਵਾ ਉਲਟਣ ਦੀ ਕੋਸ਼ਿਸ਼ ਕਰਦੇ ਨੇ ਵੀ ਅਸੀਂ ਇੱਥੇ ਇੱਕ ਮਹੀਨਾ ਲਾ ਕੇ ਹਵਾ ਜਾਂ ਹਵਾ ਬਣਾ ਲਈਏ ਵੀ ਇਹ ਸਾਡੇ ਪੱਖ 'ਚ ਨੇ ਲੋਕ, ਉਸ ਹਵਾ ਨੂੰ ਭੰਨਣ ਆਏ ਹੈ ਕਿ ਨਹੀਂ ਇਹ ਗੱਲ ਨਹੀਂ ਹੈ। ਜੋ ਸੱਚਾਈ ਲੋਕ ਸਭਾ ਦੇ ਵਿੱਚ ਆਈ ਹੈ, ਨਿਕਲ ਕੇ ਨਿੱਤਰ ਕੇ ਆਈ ਹੈ, ਉਹੀ ਸੱਚਾਈ ਜ਼ਮੀਨ 'ਤੇ ਧਰਾਤਲ 'ਤੇ ਚੱਲ ਰਹੀ ਹੈ। ਤਾਂ ਹੁਣ ਕਾਂਗਰਸ ਪਾਰਟੀ ਦੀ ਗੱਲ ਕਰੀਏ, ਮੁਕਾਬਲਾ ਕਿਸ ਦਰਮਿਆਨ ਆ, ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਜਾਂ ਬੀਜੇਪੀ, ਮੁਕਾਬਲਾ ਕਿਸ ਦਰਮਿਆਨ ਹੈ? ਦੇਖੋ, ਕਾਂਗਰਸ ਪਾਰਟੀ ਪੋਜ਼ਿਟਿਵ ਏਜੰਡਾ ਲੈ ਕੇ ਜਾ ਰਹੀ ਹੈ। ਮੁਕਾਬਲਾ ਅੱਜ ਦੀ ਡੇਟ 'ਚ ਤੁਸੀਂ ਕਿਸੇ ਨਾਲ ਕਰ ਲਓ ਜਾਂ ਨਾ ਕਰ ਲਓ, ਕਹਿਣ ਦਾ ਭਾਵ ਹੈ ਮੁਕਾਬਲਿਆਂ ਤੋਂ ਲੋਕ ਉੱਪਰ ਉੱਠ ਗਏ ਨੇ। ਮੈਂ ਤੁਹਾਨੂੰ ਦੱਸਿਆ ਕਿ ਕੰਬੀਨੇਸ਼ਨ ਹੈ ਜਿਹੜਾ ਕੈਂਡੀਡੇਟ ਦਾ ਔਰ ਪਾਰਟੀ ਦਾ, ਉਹਦੇ ਵਿੱਚ ਲੋਕਾਂ 'ਚ ਆਵਾਜ਼ ਹੈ ਕਿ ਇੱਕ ਚੰਗਾ ਕੈਂਡੀਡੇਟ ਦਿੱਤਾ ਹੈ ਕਾਂਗਰਸ ਪਾਰਟੀ ਨੇ ਔਰ ਇੱਕ ਚੰਗੀ ਪਾਰਟੀ ਵਜੋਂ ਉੱਭਰ ਕੇ ਬਦਲ, ਕਿਉਂਕਿ 2.5 ਸਾਲ ਮਿਹਨਤ ਬਹੁਤ ਹੋਈ ਹੈ, ਪਾਰਟੀ ਨੇ ਮਿਹਨਤ ਕੀਤੀ ਹੈ, ਭਾਵੇਂ ਸੜਕਾਂ 'ਤੇ, ਭਾਵੇਂ ਵਿਧਾਨ ਸਭਾ ਦੇ ਵਿੱਚ, ਭਾਵੇਂ ਰਾਹੁਲ ਗਾਂਧੀ ਜੀ ਨੇ ਨੈਸ਼ਨਲ ਲੈਵਲ 'ਤੇ, ਹਰ ਪੱਧਰ 'ਤੇ ਕੰਮ ਚੰਗਾ ਹੋਇਆ। ਔਰ ਲੋਕਾਂ 'ਚ ਗੱਲ ਆਈ ਹੈ ਕਿ ਜਦੋਂ ਜਦੋਂ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਆਈ ਹੈ ਉਦੋਂ ਉਦੋਂ ਤਰੱਕੀ ਵੀ ਹੋਈ ਹੈ, ਖੁਸ਼ਹਾਲੀ ਵੀ ਹੋਈ ਹੈ, ਮਚਿਓਰ ਪੋਲੀਟਿਕਸ ਦੇਖਣ ਨੂੰ ਮਿਲੀ ਹੈ। ਸੋ ਇਹ ਗੱਲ ਆਈ ਹੈ ਔਰ ਕਾਂਗਰਸ ਪਾਰਟੀ ਇਸੇ ਕਰਕੇ ਕਾਂਗਰਸ ਪਾਰਟੀ ਵੱਲ ਵਿਸ਼ ਔਰ 2 ਦਿਨ ਰਹਿ ਗਏ, ਸਾਨੂੰ ਪਤਾ ਲੱਗ ਜੂ, ਤੁਹਾਨੂੰ ਪਤਾ ਲੱਗ ਜੂਗਾ ਕਿ ਕਿਹੜੀ ਪਾਰਟੀ ਨੂੰ ਲੋਕਾਂ ਨੇ ਅੱਗੇ ਕੀਤਾ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਆਵਾਜ਼ ਕਾਂਗਰਸ ਪੱਖੀ ਹੈ। ਤਾਂ ਜਲੰਧਰ ਵੈਸਟ ਦਾ ਮਹੱਲਾ ਜਿਹੜਾ ਲਾਹੌਰੀਆ ਮਹੱਲਾ, ਉੱਥੇ ਅਸੀਂ ਜਾ ਕੇ ਆਏ ਹਾਂ, ਉੱਥੇ ਇਹ ਤਰਾਸਦੀ ਆ ਕਿ ਉੱਥੇ ਜਿਹੜੇ ਬੱਚੇ ਨੇ, ਨੌਜਵਾਨ ਨੇ, ਉਹਨਾਂ ਨੂੰ 100 ਤੱਕ ਗਿਣਤੀ ਤੱਕ ਨਹੀਂ ਆਉਂਦੀ। ਇਹ ਹਾਲਾਤ ਨੇ ਅੱਜ ਦੀ ਸਥਿਤੀ, ਕੀ ਕਾਂਗਰਸ ਪਾਰਟੀ ਇਸ ਸਥਿਤੀ ਨੂੰ ਸਾਫ਼ ਕਰੇਗੀ, ਇਸ ਨੂੰ ਜਿਹੜੇ ਆ ਚੰਗੇ ਹਾਲਾਤਾਂ 'ਚ ਲੈ ਕੇ ਆਏਗੀ? ਦੇਖੋ, ਮੇਰਾ ਮੰਨਣਾ ਹੈ ਕਿ ਜਿੱਥੇ ਸਟੇਬਿਲਿਟੀ ਹੁੰਦੀ ਹੈ ਨਾ, ਉੱਥੇ ਜਦੋਂ ਇੱਕ ਪਤਾ ਹੈ ਕਿ ਇੱਕ ਹੋਲਡਰ ਹੈ, ਇੱਕ ਬੰਦਾ ਜਵਾਬਦੇਹ ਹੈ, ਜਾਂ ਇੱਕ ਲੇਡੀ ਜਾਂ ਇੱਕ ਮਹਿਲਾ ਜਵਾਬਦੇਹ ਹੈ, ਜਦੋਂ ਜਦ ਤੱਕ ਜਵਾਬਦੇਹੀ ਫਿਕਸ ਨਹੀਂ ਹੁੰਦੀ ਨਾ, ਉਦੋਂ ਤੱਕ ਹੱਲ ਨਹੀਂ ਹੋਣੇ। ਔਰ ਕਾਂਗਰਸ ਪਾਰਟੀ ਐਤਕੀ ਇਹ ਬਦਕਿਸਮਤੀ ਤਾਂ ਹੈ, ਜਦੋਂ ਸਥਿਰਤਾ ਨਹੀਂ ਹੈ ਤਾਂ ਲੋਕਾਂ ਨੇ ਕਿਹਦੇ ਕੋਲ ਜਾਣਾ, ਕਿਹਦੇ ਕੋਲ ਜਾਣ? ਯੈਸ, ਪ੍ਰੋਬਲਮ ਹੈ। ਔਰ ਜੇ ਕਾਂਗਰਸ ਪਾਰਟੀ ਇਹਨਾਂ ਗੱਲਾਂ ਇਸ਼ੂਜ਼ ਨੂੰ ਹਾਈਲਾਈਟ, ਤਾਂ ਨੁਕਸਾਨ ਹੋਊਗਾ ਓਬਵੀਅਸਲੀ। ਸਾਨੂੰ ਲੋਕਾਂ ਦੀ ਗੱਲ ਕਰਨੀ ਪੈਣੀ ਹੈ, ਹਰ ਮਹੱਲੇ ਦੀ ਗੱਲ ਕਰਨੀ ਪੈਣੀ ਹੈ, ਹਰ ਇਸ਼ੂ ਦੀ ਗੱਲ ਕਰਨੀ ਪੈਣੀ ਹੈ, ਔਰ ਉਹਨੂੰ ਉਹਦੀ ਬਣਦੀ ਜਿਹੜੀ ਹੈਗੀ ਹੈ ਕੰਕਲੂਜਨ, ਉਹਦਾ ਕੰਕਲੂਸਿਵ ਸਾਨੂੰ ਕਰਨਾ ਵੀ ਪੈਣਾ ਹੱਲ, ਉਦੋਂ ਬਿਨਾਂ ਸਾਡੀ ਗੱਲ ਵੀ ਨਹੀਂ ਬਣਨੀ। ਤਾਂ ਹੁਣ ਕਾਂਗਰਸ ਪਾਰਟੀ ਦਾ ਜਿਹੜਾ ਲੋਕਾਂ ਦੀ ਆਵਾਜ਼ ਆਈ ਆ, ਕਿੰਨੀ ਕੁ ਆਵਾਜ਼ ਆਈ ਆ, ਕਿੰਨਾ ਕੁ ਲੱਗਦਾ ਹੈ ਕਿ ਵੀ ਕਿੰਨੇ ਕੁ ਫਰਕ ਨਾਲ ਜਿੱਤ ਸਕਦੇ ਹੋ? ਅਸੀਂ ਜਿੱਤਾਂਗੇ। ਮੈਨੂੰ ਪ੍ਰੈਸ ਦੇ ਸਾਥੀਆਂ ਨੇ ਪਹਿਲਾਂ ਵੀ ਪੁੱਛਿਆ ਸੀਗਾ ਲੋਕ ਸਭਾ 'ਚ ਵੀ, ਕਿੰਨੀਆਂ ਸੀਟਾਂ, ਕਿੰਨੇ ਮਾਰਜਨ, ਪਟਿਆਲੇ ਦੀ ਸੀਟ ਕਿੰਨੇ ਤੋਂ ਆਊਗੀ? ਪਰ ਮੈਂ ਤੁਹਾਨੂੰ ਦੱਸ ਸਕਦਾ ਕਿ ਅਸੀਂ ਜਿੱਤਾਂਗੇ। ਜੋ ਆਵਾਜ਼ ਆ ਰਹੀ ਉਹ ਜਿੱਤ ਦੀ ਆਵਾਜ਼ ਆ ਰਹੀ ਹੈ। ਬਹੁਤ ਵੱਡਾ ਫਰਕ ਵੀ ਹੋ ਸਕਦਾ ਹੈ, ਜਾਂ ਫਰਕ ਕਈ ਵਾਰ ਮੈਟਰ ਕਰਦਾ ਵੀ ਨਹੀਂ, ਜਦੋਂ ਫਤਵਾ ਆ ਗਿਆ ਇਹ ਕਾਂਗਰਸ ਪਾਰਟੀ ਦੇ ਹੱਕ 'ਚ ਫਤਵਾ ਆਊਗਾ। ਸੋ ਇਹ ਸਨ ਪੰਜਾਬ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ, ਜਿਨ੍ਹਾਂ ਨੇ ਦੱਸਿਆ ਹੈ ਕਿ ਕਾਂਗਰਸ ਪਾਰਟੀ ਦੇ ਲਈ ਲੋਕਾਂ ਦੀ ਆਵਾਜ਼ ਚੰਗੀ ਆ ਰਹੀ ਹੈ। ਤਾਂ ਦੇਖਣਾ ਹੋਏਗਾ ਕਿ 10 ਜੁਲਾਈ ਨੂੰ ਲੋਕ ਕਿਸ ਦੇ ਪੱਖ ਵਿੱਚ ਭੁਗਤਦੇ ਨੇ ਅਤੇ ਕਿਸ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਉਂਦੇ ਨੇ। ਅਤੇ ਜਲੰਧਰ ਵੈਸਟ ਦੀ ਬਾਈ ਇਲੈਕਸ਼ਨ ਦੇ ਇਹ ਜਿਹੜੇ ਤਾਜ਼ਾ ਹਾਲਾਤ ਤੁਹਾਨੂੰ ਸੁਣਾਏ ਨੇ। ਕੈਮਰਾਮੈਨ ਅਤੁਲ ਵਰਮਾ ਦੇ ਨਾਲ ਸਤਨਾਮ ਸਿੰਘ ਮਠੋਈ ਔਨ ਏਅਰ।